ਦੀ ਹਿੰਮਤ ਦੇ ਮੂਹਰੇ ਦੋਸਤੋ ਸਰਕਾਰ ਰਿੰਗੀ ਖੜੋਤੀ ਹੈ, ਰਿੰਗੀ ਖੜੋਤੀ ਹੈ। ਅੱਜ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਆਪਾਂ। ਜਦੋਂ ਸਰਕਾਰ ਰਿੰਗ ਜੇ ਉਦੋਂ ਤੋਂ ਤੁਸੀਂ ਮਤਲਬ ਇਹ ਮੰਨ ਲੈਣਾ ਹੁੰਦਾ ਹੈ ਕਿ ਸਮਝ ਲਓ ਸਰਕਾਰ ਨੂੰ ਤੁਸੀਂ ਜਿਹੜਾ ਕਹਿਣਾ ਚਾਹੁੰਦੇ ਆ ਉਹ ਤੁਸੀਂ ਕਹਿਤਾ। ਸਰਕਾਰ ਤੱਕ ਜਿਹੜੀ ਗੱਲ ਲੈ ਕੇ ਜਾਣੀ ਸੀ ਲੈ ਗਏ। ਆ ਤੁਸੀਂ ਸੁਣਿਆ ਹੋਏਗਾ ਬਿਆਨ ਆ ਰਹੇ ਨੇ ਕੱਲ ਦੇ, ਇਹਨਾਂ ਦੇ ਨਵਾਜ਼ ਠਾਕਰੇ ਦਾ ਬਿਆਨ ਆਇਆ। ਉਹ ਕਹਿੰਦਾ ਅਸੀਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ, ਲੇਕਿਨ ਅਸੀਂ ਕੱਲ ਦੇ ਚੈਨਲਾਂ ਤੋਂ ਕਹਿ ਰਹੇ ਇਹਨਾਂ ਨੂੰ ਜੇਕਰ ਗੱਲ ਕਰਨੀ ਹੈ ਪਹਿਲਾਂ ਮਾਹੌਲ ਸਖਾਮਾ ਹੋਣਾ ਚਾਹੀਦਾ ਹੈ। ਉਧਰੋਂ ਤੁਸੀਂ ਸੋਚਿਆ ਸੀ ਮਾਹੌਲ ਸਖਾਮਾ ਹੋਣਾ ਚਾਹੀਦਾ ਹੈ। ਕਿਸੇ ਵੀ ਪਾਸੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇਕਰ ਇੱਧਰ ਧਿਆਨ ਦਿਓ ਸਾਰੇ ਮੇਰੇ ਵੀਰ, ਜੇਕਰ ਸਰਕਾਰ ਤੁਹਾਡੇ ਨਾਲ ਤੁਹਾਡੇ ਮਸਲੇ ਦੇ ਹੱਲ ਆਪਾਂ ਕਾਹਦੇ ਲਈ ਆਏ ਹਾਂ, ਮਸਲੇ ਹੱਲ ਕਰਾਉਣ ਲਈ ਆਏ ਹਾਂ ਭਰਾਵੋ ਕਿ ਕਿਸੇ ਹੋਰ ਕਰਨ ਲਈ ਆਏ ਹਾਂ? ਇਮਾਨਦਾਰੀ ਦੱਸਿਓ ਮਸਲੇ ਹੱਲ ਕਰਾਉਣ ਲਈ ਆਏ ਹਾਂ? ਇਹਨਾਂ ਮਸਲਿਆਂ ਦੇ ਉੱਤੇ ਜੇਕਰ ਸਰਕਾਰ ਰਿੰਗ ਕੇ ਤੁਹਾਡੇ ਮੂਹਰੇ ਆ ਕੇ ਗੋਡੇ ਟੇਕਣ ਨੂੰ ਤਿਆਰ ਹੋ ਗਈ ਆ, ਫਿਰ ਕੀ ਲੱਗਦਾ ਸਾਨੂੰ ਸਰਕਾਰ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ ਸੁਣਨੀ ਚਾਹੀਦੀ? ਇਮਾਨਦਾਰੀ ਦੱਸਿਓ ਕਿਉਂ ਦੋਸਤੋ ਸੁਣਨੀ ਚਾਹੀਦੀ ਹੈ? ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ, ਫਿਰ ਜੇਕਰ ਗੱਲ ਸੁਣਨੀ ਆ ਤਾਂ ਕਾਇੰਡਲੀ ਹੱਥ ਜੋੜ ਕੇ ਤੁਸੀਂ ਮੇਰੇ ਸਤਿਕਾਰ ਜੋ ਦਿਓ। ਸਾਰੇ ਨੌਜਵਾਨ ਸਾਡੇ ਨੇ, ਕੋਈ ਵੀ ਨੌਜਵਾਨ ਅੱਗੇ ਨਾ ਵਧੋ। ਅਸੀਂ ਜਦੋਂ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਦੇ ਸੱਦੇ ਆ ਰਹੇ ਨੇ, ਸੱਦੇ ਆ ਰਹੇ ਨੇ, ਅਸੀਂ ਤੁਹਾਡੇ ਪਿੱਛੇ ਬਿਨਾਂ ਉਹਨਾਂ ਦਾ ਸੱਦਾ ਨਹੀਂ ਕਬੂਲਿਆ ਕਰ ਰਹੇ।